ਕੱਲ ਦੇ ਬਾਬੇ ਬੋਹੜ ਦਾ ਜਿਹੜਾ ਗਾਂ ਪੌਦਾ ਹੈਗਾ ਸੀਗਾ, ਅੱਜ ਕੱਲ ਪਾਰਟੀ ਦਾ ਪ੍ਰਧਾਨ ਹੈ ਉਹ ਪੌਦਾ ਜਿਹੜਾ ਨਾ, ਜੋ ਕਿ ਇੱਕ ਮੰਤਰੀ ਸੀਗਾ, ਉਹ ਬਾਬੇ ਬੋਹੜ ਦੇ ਲਾਏ ਹੋਏ ਜਿਹੜੇ ਕਾਰਨਾਮਿਆਂ ਨਾਲ ਹੀ, ਅਤੇ ਉਹ ਪੰਥੇ ਰਤਨ ਤੋਂ ਕੀ ਕੁਛ ਹੈ, ਉਹਦੇ ਕਾਰਨ ਹੀ ਇੰਡਸਟਰੀ ਪੰਜਾਬ 'ਚੋਂ ਚਲੀ ਗਈ ਅਤੇ ਪੰਜਾਬ 'ਚੋਂ ਹੋਰ ਵੀ ਉਸ ਚੀਜ਼ ਦਾ ਲੋਸ ਹੋਇਆ ਕੁਛ ਘਤਰਨਾ ਹੈ। ਇਹਨਾਂ ਵਾਲੇ ਜਿਹੜੇ ਗਨਮੈਨ ਸੀ ਉਹ ਪੈਰੀਆਂ ਥਲਾਉਣ ਹੀ ਗਿੱਝੇ ਸੀ ਸਵੇਰੇ ਉੱਠ ਕੇ, ਉੱਥੋਂ ਇਲਾਕੇ ਜੇ ਨਾਲ ਜਾਂਦੇ ਮੀਟ ਮੱਛੀ ਰੱਛ ਰੁਛਣ ਛੱਡਦੇ ਬਾਹਰੋਂ ਲੋਕਾਂ ਤੋਂ, ਐਡੇ ਐਡੇ ਉਹਨਾਂ ਨੇ ਬਾੜੀਆਂ ਬਣਾਈਆਂ ਹੁੰਦੀਆਂ ਸੀ, ਅਤੇ ਉਹ SHO ਲਾ ਤੇ ਜਦੋਂ ਸਿਪਾਹੀ ਲੈਵਲ ਦੇ ਬੰਦੇ ਸੀ, ਉਹਦਾ ਜਿਹੜਾ ਉਹਨਾਂ ਨੂੰ ਆਉਂਦਾ ਨਹੀਂ ਸੀ, ਉਹ ਪੈਰ ਹੀ ਫੜਦੇ ਸੀ। ਇਮੇਜ ਹੀ ਖਤਮ ਕਰ ਦਿੱਤੀ ਅਫਸਰ ਉਸ ਟਾਈਮ ਦੇ DGP, ਹੈਰਾਨਗੀ ਹੁੰਦੀ ਹੈ ਵੀ ਉਹ ਇਹਨਾਂ ਅੱਗੇ ਬਿਲਕੁਲ ਕੁਛ ਨਹੀਂ ਸਕਿਆ, ਅਤੇ ਇਸੇ ਨੇ ਗਰਾਈ ਆ ਜਿਹੜਾ ਇਹਦਾ ਬੋਰਡ ਦਾ ਛੋਟਾ ਬੋਰਡ ਆ। ਆਰਮਡ ਫੋਰਸ ਲਿਆ ਕੇ ਸਾਰੇ ਪੰਜਾਬ 'ਚ ਇਹਨੇ ਫਿੱਟ ਕਰਤੀ। ਇਹ ਸ਼੍ਰੀ ਸੁਖਬੀਰ ਬਾਦਲ ਜੀ ਨੇ, ਅਤੇ ਉਹ ਅਨਫਿੱਟ ਫੋਰਸ ਨੇ ਬੜੀਆਂ ਚਮਤਕਾਰ ਕੀਤੇ। ਫਿਰ ਉਹਨਾਂ ਚਿੱਟੇ ਵੀ ਵੇਚੇ, ਉਹਨਾਂ ਆਪ ਵੀ ਵਿਕਾਏ, ਉਹਨਾਂ ਮਹੀਨੇ ਵੀ ਲਾਏ, ਜਿਹੜੀ ਅਸਲ ਪੰਜਾਬ ਪੁਲਿਸ ਸੀ ਗੈਬ ਕਰਤੀ, ਮਿੱਟੀ 'ਚ ਮਿਲਾ ਦਿੱਤੀ। ਉਹ ਕੰਪਨੀ ਨੇ ਗੁੰਮਰਾਹ ਕੀਤਾ ਵੀ ਆ ਜੀ ਉਹ ਸਟੀਰਡ ਦਿਓ ਅਤੇ ਪਲੇਅਰ ਤੁਹਾਡੇ ਪਰਫਾਰਮੈਂਸ ਦਾਂਗੇ। ਉਹ ਸਾਰੇ ਸਪਾਟੇ 10,000 ਦੀ ਕਿੱਟ ਖਾਂਦੇ ਅਤੇ ਗਰਾਊਂਡ 'ਚੋਂ ਥਣਦਰ ਬਣ ਕੇ ਨਿਕਲ ਆਉਂਦੇ, ਅਤੇ ਕਿਸੇ ਦੇ ਗਨਮੈਨ ਲੱਗਦੇ, ਅਤੇ ਅਗਲੇ ਸਾਲ SHO ਲੱਗੇ ਹੁੰਦੇ। ਉਸ ਸਟੇਟ ਨੂੰ ਕਈ ਵਾਰਾਂ ਕੈਲੀਫੋਰਨੀਆ ਬਣਾਇਆ ਕਈਆਂ ਲੀਡਰਾਂ ਨੇ, ਜਾਲੀ ਤੌਰ 'ਤੇ ਹਰਚਰਨ ਸਿੰਘ ਲੌਂਗੋ ਵਰਗੇ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕੀਤਾ ਡਰਾਮੇਬਾਜ਼ੀ, ਅਤੇ ਇੱਕ ਵੀ ਮੱਦ ਪੂਰੀ ਨਹੀਂ ਕੀਤੀ। ਰੇਤਾਰ ਬਜਰੀ ਦਾ ਵਪਾਰ ਅਤੇ ਹੋਰ ਦਾ ਕਰਦੀ ਚਿੱਟੇ ਦਾ ਵਪਾਰ ਵੀ ਪੰਜਾਬ 'ਚ ਕਰਨ ਲੱਗ ਪਈ। ਲੋਕ ਇਹ ਵੀ ਸੋਚਦੇ ਨੇ ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੀ ਪਾਰਟੀ ਵੱਖਵਾਦ ਦੀ ਗੱਲਬਾਤ ਕਰਦੀ ਹੈ। ਤੁਹਾਡਾ ਪੁੱਤ ਖਿਡਾਰੀ ਸੀ, ਉਹ ਕਿਵੇਂ ਕਿਵੇਂ ਪੈਰ ਕਿਵੇਂ ਥਿੜਕ ਗਿਆ? ਬਹੁਤ ਥਰੋ ਦਾ ਖਿਡਾਰੀ ਸੀ, ਪੈਰ ਕਿਵੇਂ ਥਿੜਕ ਗਿਆ? ਕੋਈ ਸਿਆਸੀ ਲੀਡਰਾਂ ਦਾ ਵੀ ਹੱਥ ਸੀ ਪਿੱਛੇ? ਸੁਣੋ, ਇੱਥੇ ਜਿੰਨੇ ਵੀ ਆ ਉਹਦੇ ਨਾਲ ਵਾਲੇ ਲੋਕ ਹੋਰ ਫਿਰੋਜ਼ਪੁਰ ਦੇ, ਉਹ ਮੇਰੇ ਤੋਂ ਬਿਹਤਰ ਉਹਨੂੰ ਜਾਣਦੇ ਆ, ਉਹ ਵੀ ਇਹ ਸਿਸਟਮ ਇਹਨਾਂ ਜਦੋਂ PAP ਵਾਲਾ ਚੱਲਿਆ ਤਾਂ ਇਹਨਾਂ ਪੁਲਿਸ ਅਫਸਰ ਗੰਧਲੇ ਹੋ ਗਏ, ਅਤੇ ਉਹ ਸਿਆਸਤਦਾਨਾਂ ਦੇ ਨਾਂ 'ਤੇ ਝੂਠੇ ਕੇਸ ਪਾਉਣ ਲੱਗ ਗਏ, ਕੇਸਾਂ ਦਾ ਨਜਾਇਜ਼ ਪੁਲਿਸ ਦੇ ਸਿਰ 'ਤੇ ਹੀ 5 ਸਾਲ ਰਾਜ ਕਰ ਜਾਂਦੇ ਸੀ। ਅਤੇ ਉਸੇ ਦੌਰਾਨ ਹੀ ਉਹਦੇ ਨਾਲ ਧੱਕਾ ਹੋਇਆ, ਥੋੜ੍ਹਾ ਮੋਸ਼ਨਲ ਸੀ, ਅਤੇ ਉਹਦੇ 'ਚ ਭੜਕਦਾ ਨਜਾਇਜ਼ ਕੇਸਾਂ 'ਚ ਹੀ ਅੱਗੇ ਤੱਕ ਲੈ ਗਏ। ਮੁੰਡੇ ਅੱਗੇ ਖੜਾ ਹੋ ਗਿਆ, ਇਹਨਾਂ ਫੜ ਕੇ ਮਾਰ, ਉਹਨਾਂ ਕਿਹਾ ਸੀ ਵੀ ਉਹਦੇ ਸ਼ਰਾਬ ਵੀ ਨਹੀਂ ਪੀਂਦੇ, ਬੀਅਰ ਵੀ ਨਹੀਂ ਸੀ ਪੀਂਦੇ, ਹੱਥ ਵੀ ਨਹੀਂ ਸੀ ਲਾਉਂਦੇ ਬੀਅਰ ਨੂੰ। ਉਹਨਾਂ 3-4 ਦੇ ਨਾਮ ਵੀ ਲਏ ਸੀ, ਜਿਹਦੇ ਵਿੱਚ ਸੀਗਾ ਡਿੰਪੀ ਚੰਦ ਭਾਨ ਰੌਕੀ ਅਤੇ ਜੈਪਾਲ ਭੁੱਲਰ, ਤਿੰਨਾਂ ਦੇ ਉਹਨਾਂ ਨੇ ਨਾਂ ਲਏ ਸੀ। ਸਾਰਿਆਂ ਨੇ ਸੁਣਿਆ ਸੀ ਵੀ ਉਹ ਬਿਲਕੁਲ ਕੋਈ ਨਸ਼ਾ ਨਹੀਂ ਸੀਗਾ। ਮੋਸਟ ਵਾਂਟਡ ਕਿਵੇਂ ਬਣਾ ਦਿੱਤਾ ਗਿਆ ਖਿਡਾਰੀ? ਹੁਣ ਕਿਸ ਤਰ੍ਹਾਂ ਬਣਾਤਾ, ਮੈਂ ਸਿਸਟਮ ਦੀ ਗੱਲ ਕਰਦਾ, ਉਤਰੇ ਬਣਾਤਾ ਕਿ ਜਿਸ ਤਰ੍ਹਾਂ ਬਣਾ, ਸਿਆਸੀ ਬੰਦੇ ਦੇ ਹੱਥ ਸੀ ਕੋਈ, ਸਿਆਸੀ ਬੰਦੇ ਦਾ ਹੱਥ ਹੈ ਸੀ ਵਿੱਚ? ਹਾਂਜੀ, ਸਿਆਸੀ ਬੰਦੇ ਹੋਊਗਾ, ਲਾਜ਼ਮੀ ਹੋਊਗਾ। ਪਹਿਲਾਂ ਗੱਲ ਵੀ ਹੋਰ ਵੀ ਹੈਗੇ ਨੇ, ਵੱਖਰੇ ਵੱਖਰੇ ਦੋ ਸਵਾਲ ਨੇ, ਹੋਣਗੇ ਬਥੇਰੇ ਨੇ, ਰੋਜ਼ ਮਰਦੇ ਨੇ, ਅਤੇ ਉਹ ਸਾਰੀ ਜੰਗ ਹੀ ਆ, ਉਹ ਕੀ ਆ, ਕਾਹਦੀ ਜੰਗ ਆ, ਸਵਾਦ ਲੋਕਾਂ ਦੇ ਬੱਚੇ ਮਰ ਰਹੇ ਆ, ਨਸਲ ਕੁਛ ਹੀ ਹੋ ਰਹੀ ਹੈ ਪੰਜਾਬ 'ਚ, ਜੰਗ ਕਾਹਦੀ ਹੋ। ਫਿਰੋਜ਼ਪੁਰ ਦੇ ਲੋਕ ਸਭਾ ਹਲਕੇ ਤੋਂ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਚੋਣ ਮੈਦਾਨ ਦੇ ਵਿੱਚ ਨੇ, ਸਾਬਕਾ ਇੰਸਪੈਕਟਰ ਨੇ। ਗੱਲਬਾਤ ਕਰਾਂਗੇ ਕਿ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਲੋੜ ਕੀ ਪੈ ਗਈ, ਕਿਹੜੇ ਉਹ ਮੁੱਦੇ ਰਹਿਣਗੇ ਜਿਹੜੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਗੇ। ਭੁੱਲਰ ਸਾਹਿਬ, ਚੜ੍ਹਦੀ ਕਲਾਂ 'ਚੋਂ
ਬਿਲਕੁਲ ਚੜ੍ਹਦੀ ਕਲਾ 'ਚ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਰ ਸਾਹਿਬ, ਚੋਣ ਮੈਦਾਨ 'ਚ ਉਤਰੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਵੱਲੋਂ, ਕਿਹੜੇ ਕਿਹੜੇ ਮੁੱਦੇ ਹੋਣਗੇ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਵੋਗੇ? ਦੇਖੋ, ਬੜੇ ਲੰਮੇ ਟਾਈਮ ਤੋਂ ਵੇਂਦੇ ਆ ਰਹੇ ਹਾਂ, ਬੜੇ ਬੜੇ ਵੱਡੇ ਚੋਣ ਮੈਨੀਫੈਸਟੋ ਪਾਰਟੀਆਂ ਬਣਾਉਂਦੀਆਂ ਨੇ ਤੇ ਬੜੀਆਂ ਬੜੀਆਂ ਗੱਲਾਂ ਕਰਦੀਆਂ ਨੇ। ਇਸ ਸਟੇਟ ਨੂੰ ਕਈ ਵਾਰਾਂ ਕੈਲੀਫੋਰਨੀਆ ਬਣਾਇਆ ਕਈਆਂ ਲੀਡਰਾਂ ਨੇ, ਕਈ ਵਾਰ ਕੁਛ ਬਣਾਇਆ ਅਤੇ ਬਹੁਤ ਕੁਛ ਕਰਦੇ ਆ। ਸਾਡੀ ਪਾਰਟੀ ਦਾ ਕੋਈ ਇਹ ਨਹੀਂ ਹੈ ਵੀ ਅਸੀਂ ਝੂਠ ਪ੍ਰਚਾਰ ਕਰਕੇ ਵੀ ਅਸੀਂ ਕਰ ਦਿਆਂਗੇ, ਉਹ ਕਰ ਦਿਆਂਗੇ, ਜੇ ਕਰਦੇ ਹਾਂ ਤਾਂ ਸਿਰਫ ਲੋਕਾਂ ਤੋਂ ਵੋਟਾਂ ਲਈਏ ਅਤੇ ਬਾਅਦ 'ਚ ਜੇ ਅਸੀਂ ਨਾ ਕਰ ਸਕੀਏ ਤਾਂ ਮੁੜ ਕੇ ਲੋਕ ਘੇਰ ਕੇ ਸਾਨੂੰ ਪੁੱਛਣ ਅਤੇ ਸਿਕਿਉਰਿਟੀ ਲਈਏ, ਫਿਰ ਉਹ ਲੋਕਾਂ ਨੂੰ ਅੰਦਰ ਵੜ ਨਹੀਂ ਰਹਿੰਦੇ। ਇੱਥੇ ਇਹ ਹੁੰਦਾ, ਜਿਹੜੀ ਪਾਰਟੀ ਜਿੱਤਦੀ ਆ ਅਤੇ ਜਿੱਦਣ ਉਹ ਜਿੱਤ ਜਾਂਦੀ ਹੈ ਅਗਲੇ ਦਿਨ ਹੀ ਉਹ ਪੁਲਿਸ ਦੀ ਬੜੀ ਵੱਡੀ ਸਿਕਿਉਰਿਟੀ ਲੈਂਦੀ ਹੁਣ ਨਾ ਵੜਨ ਦੀ, ਕਿਉਂਕਿ ਵੜਿਆ ਤਾਂ ਉਹਨਾਂ ਨੂੰ ਡਾਂਗ ਫੇਰ ਕੇ ਭਜਾਇਆ ਜੀ। ਸਾਰਾ ਸਾਰਾ ਦਿਨ ਲੋਕ ਉਹਨਾਂ ਨੂੰ ਮਿਲ ਲਈ ਬੈਠੇ ਰਹਿੰਦੇ ਆ। ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ, ਜਿਹੜੇ ਕਿ ਉਸ ਟਾਈਮ ਜਦੋਂ ਉਹ ਸਿਆਸਤ 'ਚ ਆਏ ਕਿ ਉਦੋਂ ਉਹ ਡੀ ਏ ਜੀ ਰੈਂਕ ਦੇ ਪੁਲਿਸ ਅਫਸਰ ਸਨ ਅਤੇ ਬਹੁਤ ਹੀ ਓਨੈਸਟ ਪੁਲਿਸ ਅਫਸਰ ਸਨ, ਨੰਬਰ 1 ਸਨ ਉਹ ਉਸ ਟਾਈਮ ਮੇਕ ਪੰਜਾਬ ਇੰਡੀਆ ਦੀ ਪੁਲਿਸ ਸਰਵਿਸ 'ਚ। ਅਤੇ ਸਿਰਫ ਸਾਡੇ ਅਤੇ ਹੋਏ ਧਰਮ ਸਥਾਨ 'ਤੇ ਧੱਕੇ ਕਾਰਨ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਅਤੇ ਬਾਅਦ ਸ਼ਾਇਦ ਇੱਕ ਕੋਈ ਅਫਸਰ ਹੋਰ ਸੀ ਸਾਰੇ ਇੰਡੀਆ 'ਚ ਸਿੱਖ ਜਿਹਨੇ ਰਿਜ਼ਾਈਨ ਕੀਤਾ ਸੀ, ਅਰੈਸਟ ਕਰ ਲਿਆ ਉਹਨਾਂ ਨੂੰ, ਉਹਨਾਂ ਨੇ ਜੇਲ੍ਹ ਕੱਟੀ, ਮੁੜ ਕੇ ਛੁਡਾਇਆ ਗਿਆ। ਪਰ ਦੂਜੇ ਜਿਹੜੇ ਰਵਾਇਤੀ ਲੀਡਰ ਸਨ ਜਿਹੜੇ ਪਹਿਲਾਂ ਤੋਂ ਸਿਆਸਤ ਸਨ, ਜਿਨ੍ਹਾਂ ਦਾ ਦਰਬਾਰ ਸਾਹਿਬ ਅਟੈਕ ਕਰਨ 'ਚ ਵੀ ਉਹਨਾਂ ਦਾ ਬੜਾ ਤਗੜਾ ਰੋਲ ਸੀ, ਉਹ ਮੀਟਿੰਗਾਂ ਕਰਦੇ ਰਹੇ ਵੀ ਨਹੀਂ ਜੀ ਹੁਣ ਸਾਡੇ ਵੱਸੋਂ ਬਾਹਰ ਆ ਜੀ ਨੂੰ ਸਾਂਭੋ, ਕਹਿਣ ਤੋਂ ਭਾਵ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਾਂਭੋ ਅਤੇ ਉੱਥੇ ਅਟੈਕ ਕਰੋ ਤੁਸੀਂ ਜੀ, ਉਹ ਕਰੋ ਅਤੇ ਅਸੀਂ ਤੁਹਾਡੀ ਝੋਲੀ 'ਚ ਹਾਂ। ਉਹਨਾਂ ਲੀਡਰਾਂ ਨੇ ਉਹਨੂੰ ਬੜਾ ਉਹਦੇ ਖਿਲਾਫ ਏਜੰਸੀਆਂ ਨਾਲ ਰਲ ਕੇ ਅਤੇ ਕੂੜ ਪ੍ਰਚਾਰ ਕੀਤਾ ਵੀ ਜਿਹੜਾ ਮਾਨ ਆ ਜੀ ਇਹ ਤੁਹਾਡੇ ਪੁੱਤ ਮਰਵਾ ਦੇਗਾ ਜੀ, ਇਹ ਲਹੂ ਵਹਾ ਦੇਗਾ ਜੀ, ਇਹ ਕਰੂਗਾ, ਅਤੇ ਉਹਨਾਂ ਨੇ ਸਰਕਾਰਾਂ 'ਤੇ ਬਣਾ ਲਈਆਂ ਅਤੇ ਨਾ ਤਾਂ ਕੋਈ ਸਿੱਖਾਂ ਦਾ ਮੁੱਦੇ ਉਤਰਾਂ ਦੇ ਉਤਰਾਂ ਮੁੱਦੇ ਕਿ ਪੰਜਾਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸਨ ਹੋਰ ਵੀ ਧੱਕੇਸ਼ਾਹੀ ਰਲ ਕੇ ਪੰਜਾਬ ਨਾਲ ਕਰਦੇ ਰਹੇ। ਪਹਿਲਾਂ ਤਾਂ ਉਹਨਾਂ ਦੀ ਮੰਗਾਂ ਕੀ ਮੰਗਣੀਆਂ ਸਨ, ਜਾਅਲੀ ਤੌਰ 'ਤੇ ਹਰਚੰਦ ਸਿੰਘ ਲੌਂਗੋ ਵਰਗੇ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕੀਤਾ ਡਰਾਮੇਬਾਜ਼ੀ, ਅਤੇ ਇੱਕ ਵੀ ਮਦਦ ਪੂਰੀ ਨਹੀਂ ਕੀਤੀ। ਅਤੇ ਆਪਣਾ ਜਿਹੜੀ ਮੇਨ ਜਿਹੜੀ ਕਿਸੇ ਟਾਈਮ ਅਕਾਲੀ ਪਾਰਟੀ ਸੀ ਸਿੱਖਾਂ ਦੀ ਨੁਮਾਇੰਦੀ ਕਰਦੀ ਸੀ, ਉਹਨਾਂ 'ਚ ਵਪਾਰੀ ਅਤੇ ਸਮਗਲਰ ਇਕੱਠੇ ਕਰਕੇ ਇੱਕ ਉਹਨਾਂ ਪਾਰਟੀ ਬਣਾਈ ਅਤੇ ਪੰਜ ਪੰਜ ਸਾਲ ਦੀ ਗੇਮ ਖੇਡ ਗਏ। ਕਿਸੇ ਦਾ ਕੁਛ ਨਹੀਂ ਕੀਤਾ, ਕਾਂਗਰਸ ਸਾਡੀ ਬਿਲਕੁਲ ਸਿੱਖਾਂ ਦੀ ਦੁਸ਼ਮਣ ਸੀ, ਸਾਡੇ ਧਰਮ ਸਥਾਨ ਤਬਾਹ ਕੀਤੇ, ਸਾਡੇ ਉਹਨਾਂ ਨੌਜਵਾਨ ਬੀਬੀਆਂ ਬੱਚੇ ਤੱਕ ਧਰਮ ਸਥਾਨਾਂ 'ਚ ਉਹਨਾਂ ਕਤਲ ਕੀਤੇ। ਦੂਜੀ ਪਾਰਟੀ ਉਹਨੂੰ ਵੱਡੀ ਵੀ ਸਾਡੀ ਕਾਤਲ ਆ ਗਈ ਅਤੇ ਰੇਤਾਰ ਬਜਰੀ ਦਾ ਵਪਾਰ ਅਤੇ ਹੋਰ ਦਾ ਕਰਦੀ ਕਰਦੀ ਚਿੱਟੇ ਦਾ ਵਪਾਰ ਵੀ ਪੰਜਾਬ 'ਚ ਕਰਨ ਲੱਗ ਪਈ। ਅਤੇ ਬਹੁਤ ਵੱਡੇ ਮੇਨ ਆ ਪੰਜਾਬ ਦੀ ਨੌਜਵਾਨੀ ਸਾਡੀ ਜਨਰੇਸ਼ਨ ਨੂੰ ਬਚਾਉਣ ਦੀ, ਅਤੇ ਅਸੀਂ
ਇਸ ਕਰਕੇ ਇਲੈਕਸ਼ਨ ਲੜ ਰਹੇ ਹਾਂ ਵੀ ਖੜਕੇ ਦੇ ਪੰਜਾਬ ਤੋਂ ਜਿੱਤ ਜਾਈਏ ਅਤੇ ਆਪਣੀ ਸਰਕਾਰ ਬਣੇ ਅਤੇ ਅਸੀਂ ਜਿਹੜੀਆਂ ਮੇਨ ਸਾਡੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਦਿੱਤਾ ਗਿਆ ਉਹਨੂੰ ਕੱਢੀਏ। ਕੁਝ ਲੋਕ ਇਹ ਵੀ ਸੋਚਦੇ ਨੇ ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੀ ਪਾਰਟੀ ਵੱਖਵਾਦ ਦੀ ਗੱਲਬਾਤ ਕਰਦੀ ਆ, ਭਾਈਚਾਰਕ ਸਾਂਝ ਨੂੰ ਖਤਰਾ ਹੋ ਸਕਦਾ ਹੈ, ਮੁਲਕ ਨੂੰ ਖਤਰਾ ਹੋ ਸਕਦਾ, ਤੁਸੀਂ ਦੇਖਿਆ ਹੋਣਾ ਬਹੁਤ ਇਸ ਤਰ੍ਹਾਂ ਦੀ ਵੀ ਗੱਲ। ਹਾਂ ਜੀ, ਉਹ ਲੋਕ ਇਹੋ ਹੀ ਡਰਾਵਾ ਦਿੰਦੇ ਰਹੇ ਵੀ ਉਹ ਜੀ ਕਰਦੇ ਨੇ, ਖਾਲਿਸਤਾਨ ਬਣਾਉਂਦੇ ਨੇ, ਉਹ ਗੋਲੀਆਂ ਚਲਾਉਂਦੇ ਨੇ, ਉਹ ਤੁਹਾਡੇ ਪੁੱਤ ਮਰਵਾ ਦੇਣਗੇ, ਜਿਹੜੇ ਕਿ ਜਦੋਂ ਜੰਮੂ ਕਸ਼ਮੀਰ 'ਚ ਜਾਂ ਕਿਤੇ ਵੀ ਮੁਸਲਮਾਨਾਂ ਨਾਲ ਧੱਕਾ ਹੋਇਆ ਤਾਂ ਉੱਥੇ ਜਾ ਕੇ ਵੀ ਉਹ ਖੜਦੇ ਰਹੇ, ਜੇ ਹਿੰਦੂਆਂ 'ਤੇ ਕੋਈ ਕਿਤੇ ਵੀ ਪ੍ਰੋਬਲਮ ਆਈ ਤਾਂ ਉੱਥੇ ਜਾ ਕੇ ਖੜਦੇ ਰਹੇ। ਵਾਹਿਦ ਇੱਕ ਲੀਡਰ ਨੇ ਉਹ ਪੰਜਾਬ ਦੇ ਵੀ ਜਦੋਂ ਉਹਨਾਂ ਨੂੰ ਆਪਣੇ ਫੰਡ 'ਚੋਂ ਫੰਡ ਮਿਲਿਆ ਅਤੇ ਉਹਨਾਂ ਉੱਥੇ ਸੰਗਰੂਰ ਦੇ ਵਿੱਚ ਧਰਮਸ਼ਾਲਾ ਬਣਵਾਈਆਂ, ਗਊਸ਼ਾਲਾ ਨੂੰ ਦਾਨ ਕੀਤੇ ਅਤੇ ਹੋਰ ਜਿਹੜੇ ਹਿੰਦੂ ਦੇ ਵੀ ਸਾਰੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਰਹੇ, ਭਾਵੇਂ ਕਿਸੇ ਵੀ ਕਮਿਊਨਿਟੀ ਦਾ ਕਿਉਂ ਹੋਵੇ। ਉਹ ਵੱਖਵਾਦ ਦੇ ਅੱਡ ਕਰਨ ਵਾਲੇ ਨਹੀਂ, ਉਹ ਸਮਾਜ ਨੂੰ ਜੋੜਨ ਵਾਲੇ ਬੰਦੇ ਨੇ, ਉਹ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਤੁਸੀਂ ਪੰਜਾਬ ਕਹਿ ਕੇ ਸਾਡੀਆਂ ਮੰਗਾਂ ਮੰਨ ਲਓ, ਖਾਲਿਸਤਾਨ ਕਿਹੜਾ ਸਮਾਨ 'ਚ ਸਾਨੂੰ ਦੇਣਾ ਨਾ, ਸਾਨੂੰ ਇਹ ਖਾਲਿਸਤਾਨ ਦੇ ਨਾਂ 'ਤੇ ਤਾਂ ਗੋਲੀਆਂ ਹੀ ਮਾਰਦੇ ਆ, ਅਤੇ ਉਹ ਮੰਗਾਂ ਹੀ ਸਾਡੀਆਂ ਮੰਨ ਲੈਣ, ਪੰਜਾਬ ਕਹਿ ਕੇ ਚਾਰ ਜਿਹੜੀਆਂ ਚੀਜ਼ਾਂ ਆਪਣੇ ਘਰ ਉਹ ਰੱਖ ਕੇ ਅਤੇ ਬਾਕੀ ਪੰਜਾਬ ਨੂੰ ਜੀਉਣ ਦੇਣ ਜਿਸ ਤਰ੍ਹਾਂ ਪਹਿਲਾਂ ਜੀਉਂਦਾ ਹੈ। ਏਜੰਡਾ ਕੀ ਰਹੇਗਾ, ਵਿਰੋਧੀ ਪਾਰਟੀਆਂ ਏਜੰਡਾ ਲੈ ਕੇ ਜਾ ਰਹੀਆਂ ਨੇ? ਅਸੀਂ ਬਾਰਡਰ ਖੁਲਾਉਣ ਲਈ ਸਭ ਤੋਂ ਪਹਿਲਾਂ ਜ਼ੋਰ ਲਾਵਾਂਗੇ, ਬਾਰਡਰ ਖੁੱਲ੍ਹ ਜਾਂਦਾ ਏਸ਼ੀਆ ਦਾ ਅਤੇ ਬੜੇ ਵੱਡਾ ਵਪਾਰ ਹੋਏਗਾ ਜਿਹਦੇ ਨਾਲ ਵਪਾਰੀ ਵਰਗ ਅਤੇ ਸਾਡੇ ਜਿਹੜੇ ਕਿਸਾਨ ਭਰਾ, ਮਜ਼ਦੂਰ ਭਰਾ, ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਆ ਉੱਧਰ ਟਰਾਂਸਪੋਰਟ ਦਾ ਕਰਦੇ ਏਸ਼ੀਆ 'ਚ ਇੱਥੇ ਕਰਨਗੇ, ਅਸੀਂ ਅਰਬ ਦੇਸ਼ਾਂ ਨਾਲ ਵਪਾਰ ਕਰਾਂਗੇ ਅਤੇ ਪੰਜਾਬ 'ਚ ਚਾਲ ਹੋਏਗਾ। ਇਸ ਇਲਾਕੇ ਦੇ ਵਿੱਚ ਇੰਡਸਟਰੀ ਵੀ ਨਹੀਂ ਆਈ ਕੋਈ, ਕਹਿੰਦੇ ਬਹੁਤ ਲੰਮਾ ਸਮਾਂ ਅਕਾਲੀ ਦਲ ਨੇ ਸੱਤਾ ਹੰਢਾਈ ਆ, ਬੀਜੇਪੀ ਦੇ ਨਾਲ ਗੱਠਜੋੜ ਵੀ ਰਿਹਾ, ਸਰਕਾਰਾਂ ਬਣਦੀਆਂ ਰਹੀਆਂ ਨੇ, ਅਕਾਲੀ ਦਲ ਦੀ ਸਰਕਾਰ ਰਹੀ ਆ, 8-9 ਵਾਰ ਅਕਾਲੀ ਦਲ ਦਾ MP ਬਣਦਾ ਰਿਹਾ ਸਭ ਕਿਤੋਂ। ਅਕਾਲੀ ਦਲ ਦੇ ਬਾਬੇ ਬੋੜ ਦਾ ਜਿਹੜਾ ਗਾਂ ਪੌਦਾ ਹੈਗਾ ਸੀਗਾ, ਅੱਜ ਕੱਲ੍ਹ ਪਾਰਟੀ ਦਾ ਪ੍ਰਧਾਨ ਆ, ਉਹ ਪੌਦਾ ਜਿਹੜਾ ਨਾ ਜੋ ਕਿ ਇੱਕ ਮੰਤਰੀ ਸੀਗਾ ਦਿੱਲੀ ਦੇ ਵਿੱਚ, ਪਹਿਲੀ ਵਾਰਾਂ ਉਹ ਜਿੱਤ ਕੇ ਗਿਆ, ਵਾਜਪੇਈ ਸਰਕਾਰ ਜੋ 13 ਮਹੀਨੇ ਰਹੀ ਆ ਅਤੇ ਉਹ ਮੰਤਰੀ ਬਣਾਇਆ, ਬਾਕੀਆਂ ਸਾਰੇ ਸਿਦਰ ਨੂੰ ਛੱਡ ਕੇ ਉਹਦੇ ਬੋਰਡ ਨੇ ਆਪਣੇ ਛੋਟੇ ਜਿਹੜੇ ਬੋਰਡ ਨੂੰ ਮੰਤਰੀ ਬਣਾ ਦਿੱਤਾ। ਉਹ ਮੰਤਰੀ ਨੇ ਦੂਜੀਆਂ ਸਟੇਟਾਂ ਨੂੰ ਜਿਹੜੀ ਸਹੂਲਤ ਦਿੱਤੀ, ਰਾਜਸਥਾਨ ਨੂੰ ਅਤੇ ਹਿਮਾਚਲ ਨੂੰ ਤਕਰੀਬਨ ਜਿੰਨੇ ਦੀ ਕੋਈ ਇੰਡਸਟਰੀ ਸੀ ਅਤੇ ਉਹਦਾ ਜੇ ਕਰੋੜ ਦੀ ਇੰਡਸਟਰੀ ਸੀ ਅਤੇ ਉਹਨੂੰ 50 ਕਰੋੜ ਉਹ ਕੋਲੋਂ ਫਰੀ ਔਫਰ ਕੀਤੀ ਅਤੇ ਉਹ ਕੀਤੀ ਰਾਜਸਥਾਨ, ਹਿਮਾਚਲ, ਹਰਿਆਣਾ ਅਤੇ ਨਾਲ ਦੀਆਂ ਸਟੇਟਾਂ ਨੂੰ, ਅਤੇ ਪੰਜਾਬ ਦੀ ਸਾਰੀ ਇੰਡਸਟਰੀ ਜਿਹੜੀ ਆ ਉੱਧਰ ਚਲੀ ਗਈ। ਉਹ ਇਹ ਬਾਬੇ ਬੋੜ ਦੇ ਲਾਏ ਹੋਏ ਜਿਹੜੇ ਕਾਰਨਾਮਿਆਂ ਨਾਲ ਹੀ ਅਤੇ ਉਹ ਪੰਥੇ ਰਤਨ ਅਤੇ ਕੀ ਕੁਛ ਆ ਉਹ ਉਹਦੇ ਕਾਰਨ ਹੀ ਇੰਡਸਟਰੀ ਪੰਜਾਬ 'ਚੋਂ ਚਲੀ ਗਈ ਅਤੇ ਪੰਜਾਬ 'ਚੋਂ ਹੋਰ ਵੀ ਉਸ ਚੀਜ਼ ਦਾ ਲੋਸ ਹੋਇਆ। ਕੁਛ ਕਤਰਨਾ ਸਨ 71 'ਚ ਇਹਨਾਂ ਬਹਾਨੇ ਨਾਲ ਸਾਡੇ ਬਾਰਡਰ ਤੋਂ ਚੱਲਦੀ ਸੀ ਅਤੇ ਉਹ ਇਹਨਾਂ ਬੰਦ ਕਰਤੀ, ਵਪਾਰ ਤਾਂ ਹੁਣ ਵੀ ਚੱਲ ਰਹੀ ਆ, ਹੁਣ ਗੁਜਰਾਤ ਥਾਣੀ ਕਿੱਥੇ ਰਸਤੇ ਹੁੰਦਾ, ਸਮੁੰਦਰੀ ਰਸਤੇ ਵਪਾਰ ਹੁੰਦਾ ਜਿਹੜਾ ਬੜਾ ਮਹਿੰਗਾ ਹੁੰਦਾ ਪੰਜਾਬ ਨਾਲ, ਜਿਹੜਾ ਇੱਥੋਂ ਅਸੀਂ ਬਿਲਕੁਲ ਆਪਣੀ ਵੱਟ ਲੰਘ ਕੇ ਅਤੇ ਪਾਕਿਸਤਾਨ ਦੇ ਵਿੱਚ ਚਲਿਆ ਜਾਣਾ ਸੀ ਅਤੇ ਏਸ਼ੀਆ ਨਾਲ ਵਪਾਰ ਕਰਨਾ ਸੀ, ਜਿਹਦਾ ਫਾਇਦਾ ਪੰਜਾਬ ਨੂੰ ਹੋਣਾ ਸੀ, ਉਹਦੇ ਟੈਕਸ ਇਨਕਮ ਸਾਰੇ ਆਉਣੇ ਸੀ। ਉਹ ਇੰਨੇ ਬੋਰਡ ਨੇ ਗਾਂ 9 ਮਾਸ ਨਾਲ ਰਲ ਕੇ
ਇਸ ਤਰ੍ਹਾਂ ਕਰ ਕੁਰ ਕੇ ਸਭ ਕੁਛ ਤਹਿਨਹਿਸ ਕਰ ਦਿੱਤਾ ਪੰਜਾਬ ਦੀਆਂ ਜਿਹੜਾ ਕੋਕਲੀਆਂ ਕਰਤੀਆਂ, ਆਪਣੇ ਵਪਾਰ ਘਰਾਣੇ ਬਹੁਤ ਵੱਡੇ ਬਣਾ ਲਏ, ਬੜੇ ਵੱਡੇ ਜੋ ਕੁਛ ਹੈ ਗਿਣਿਆ ਨਹੀਂ ਜਾਂਦਾ ਜੀ ਕਿੰਨਾ ਕੁਛ ਉਹਨਾਂ ਪਰਿਵਾਰ ਨੇ ਬਣਾ ਲਿਆ। ਇਸ ਤੋਂ ਇਲਾਵਾ ਅੱਜ ਕੱਲ੍ਹ ਫਰੌਤੀਆਂ ਦਾ ਦੌਰ ਚੱਲ ਰਿਹਾ, ਤੁਸੀਂ ਪੁਲਿਸ ਦੇ ਵਿੱਚ ਇੰਸਪੈਕਟਰ ਵੀ ਰਹੇ, ਤੁਸੀਂ ਨੇ ਉਹ ਦੌਰ ਵੀ ਦੇਖਿਆ ਪੰਜਾਬ ਦਾ ਕਾਲਾ ਦੌਰ, ਇਹ ਕਿਵੇਂ ਚੱਲ ਪਿਆ ਇਹ ਦੌਰ, ਫਰੌਤੀਆਂ ਦਾ ਦੌਰ, ਫਰੌਤੀਆਂ ਮੰਗਣ ਵਾਲਾ ਦੌਰ? ਫਰੌਤੀਆਂ ਦੇ ਐਵੇਂ ਹੀ ਕਿਤੇ ਨਾ ਕਿਤੇ ਸਮਾਜ 'ਚ ਨਸ਼ਾ ਕੇ ਅਤੇ ਨਸ਼ੇੜੀਆਂ ਦਾ ਜਾਂ ਇਹੋ ਜਿਹਿਆਂ ਦਾ ਵੱਧ ਜਾਣਾ ਅਤੇ ਇਹ ਬਹੁਤ ਮਾੜੀ ਗੱਲ ਆ, ਅਤੇ ਇਹ ਚੰਗੇ ਪੁਲਿਸ ਅਫਸਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਜਿਹੜੇ ਇਹਨਾਂ ਨੂੰ ਰੋਕ ਸਕਣ। ਪੁਲਿਸ ਬੜੀ ਸਮਰੱਥ ਆ ਸਾਡੀ, ਅਤੇ ਜੇ ਇਹਨੂੰ ਫਰੀ ਹੈਂਡ ਕੰਮ ਕਰ ਦਿੱਤਾ ਜਾਵੇ ਤਾਂ ਪੁਲਿਸ ਬਹੁਤ ਵਧੀਆ ਕੰਮ ਕਰ ਸਕਦੀ ਹੈ। ਵਿੱਚ ਚੰਗੇ ਚੰਗੇ ਅਫਸਰ ਨੇ ਜਿਹੜੇ ਖੁੱਡੇ ਲਾਈਨ ਲਾ ਕੇ ਰੱਖੇ ਜਾਂਦੇ ਨੇ, ਨਲਾਇਕ ਚਾਪਲੂਸ ਜਿਹੜੇ ਡਰਾਈਵਰੀ ਪੁਲਿਸ 'ਚ ਕਰਦੇ ਰਹੇ ਹੁੰਦੇ ਆ, ਗਨਮੈਨ ਤੋਂ ਸਿੱਧੇ ਅਫਸਰੀ ਚਾਣ ਕੇ ਦੇ ਡਿਵੀਜ਼ਨ ਲੱਗ ਜਾਂਦੇ, ਉਹਨਾਂ ਦਾ ਕੋਈ ਜਾਤੀ ਤਜਰਬਾ ਨਹੀਂ ਹੁੰਦਾ। ਪਿਛਲੇ ਸਾਲੋਂ ਤੋਂ ਇਸੇ ਪਾਰਟੀ ਜਿਹੜੀ ਅਕਾਲੀ ਦਲ ਦੀ ਮੁੱਖ ਪਾਰਟੀ ਨੇ, ਇਹਨੇ ਪੰਜਾਬ ਦਾ ਬੇੜਾ ਇਸ ਕਰਕੇ ਗਰਕ ਕੀਤਾ ਵੀ PAP ਇੱਕ ਵੱਖਰੀ ਫੋਰਸ ਹੁੰਦੀ ਸੀ, ਉਹਦੇ ਵੱਖਰੇ ਅਫਸਰ ਸੀ, ਉਹ ਸਿਰਫ ਆਰਮਡ ਫੋਰਸਾਂ ਸਨ, ਡਿਊਟੀ ਕਰ ਲਈ, ਉਹਨਾਂ ਨੂੰ ਕੁਛ ਨਹੀਂ ਸੀ ਪਤਾ, ਉਹ ਸਾਰੇ ਗਨਮੈਨ ਹੀ ਲੱਗਦੇ ਸੀ ਅਤੇ ਗਨਮੈਨਾਂ ਤੋਂ ਟੋਟਲੀ ਉਹਨਾਂ ਤੋਂ ਪੈਸਾ ਲਿਆ ਕੀ ਕੀਤਾ। ਅਤੇ ਇਹ ਜਦੋਂ ਦੀ ਇਹ ਜਿਹੜੀ ਪਾਰਟੀ ਅਕਾਲੀ ਦਲ, ਇਹਨੇ ਉਹ ਸਿੱਧੇ ਪੰਜਾਬ 'ਚ SHO ਲਾਉਣੇ ਸ਼ੁਰੂ ਕਰਤੇ, ਜਿਹਨੇ ਜਿਹੜਾ ਗਨਮੈਨ ਰਿਹਾ ਸਿਪਾਹੀ ਅਤੇ ਉੱਥੇ ਸਟਾਰ ਦੂਣੇ ਤੀਣੇ ਲਾ ਕੇ ਆ ਗਿਆ, ਉਹਨਾਂ ਦਾ ਕੋਈ ਤਜਰਬਾ ਨਹੀਂ, ਉਹ ਪੁਲਿਸ 'ਚ ਆਣ ਕੇ ਅਤੇ ਕਰਤੇ। ਦੂਜੀ ਇਹਨੇ ਸਭ ਤੋਂ ਵੱਡਾ ਗਲਤ ਪੁਲਿਸ 'ਚ ਇਹ ਕੀਤਾ ਵੀ ਵੋਟਾਂ ਬਟੋਰਨ ਦੀ ਖਾਤਰ ਇਹ ਕਰਤਾ ਵੀ ਸਿਪਾਹੀ ਜਿਹੜਾ ਉਹ 9 ਸਾਲ ਬਾਅਦ ਉਹਨੂੰ ਹੌਲਦਾਰ ਬਣਾ ਦਿਓ ਅਤੇ 16 ਸਾਲ ਬਾਅਦ AC ਬਣਾ ਦਿਓ ਅਤੇ 24 ਸਾਲ ਬਾਅਦ ਸਬ ਇੰਸਪੈਕਟਰ ਅਤੇ 30 ਸਾਲ ਬਾਅਦ ਇੰਸਪੈਕਟਰ। ਉਹ ਸਾਰੇ ਹੀ ਸਿਪਾਹੀ ਜਿਹੜੇ ਸੀ ਆਪਣੇ ਰੈਂਕਾਂ 'ਚੋਂ ਨਿਕਲ ਗਏ, ਨਾ ਉਹ ਸਿਪਾਹੀ ਰਹੇ ਨਾ ਉਹ ਥਾਣੇਦਾਰ ਰਹੇ। ਹੁਣ ਤੁਸੀਂ ਵੇਖਿਓ ਵੀ ਅਸਲ ਥਾਣੇਦਾਰ ਹੋਰ ਕੁਛ ਗਿਣਤੀ ਦੇ ਹੀ ਹੁੰਦੇ ਆ ਜਿਹੜੇ ਲਿਖਪੜ ਕਰ ਸਕਦੇ, ਜਾਂ ਅਸਲ ਥਾਣੇ ਨੂੰ ਜਾਅਲੀ ਥਾਣੇਦਾਰ ਸੜਕਾਂ 'ਤੇ ਸਿਪਾਹੀ ਦੀ ਡਿਊਟੀ ਟ੍ਰੈਫਿਕ ਸੂਟੀ 2-2 ਸਟਾਰ ਕਰ ਲੈਂਦੇ। ਪੁਲਿਸ ਦੀ ਇਮੇਜ ਹੀ ਖਤਮ ਕਰ ਦਿੱਤੀ ਗਈ ਅਫਸਰ, ਉਸ ਟਾਈਮ ਦੇ DGP ਹੈਰਾਨਗੀ ਹੁੰਦੀ ਹੈ ਵੀ ਉਹ ਇਹਨਾਂ ਅੱਗੇ ਬਿਲਕੁਲ ਕੁਛ ਨਹੀਂ ਸਕਿਆ, ਅਤੇ ਐਸੇ ਨਹੀਂ ਕਰਾਈ ਆ ਜਿਹੜਾ ਇਹਦਾ ਬੋਰਡ ਦਾ ਛੋਟਾ ਬੋਰਡ ਆ, ਇਹ ਉਦੋਂ ਇਹਦੀ ਗਨਮੈਨਾਂ ਨੇ ਇਹਨੂੰ ਕਿਹਾ ਅਤੇ ਇਹਨੇ ਕਰਾਈ। ਅਤੇ ਪੁਲਿਸ ਦੇ ਵਿੱਚ ਇੱਕ ਥਾਣੇ ਦੇ ਵਿੱਚ PAP ਦਾ ਜਿਹੜਾ ਸਾਡਾ ਪੰਜਾਬ ਪੁਲਿਸ ਦਾ ਇੱਕ ASI ਹੁੰਦਾ ਸੀ ਜੀ, ਅਤੇ ਮੰਨ ਲਓ ਉਹਦੇ ਟਾਈਮ ਜਿਹੜਾ ਭਰਤੀ ਹੋਇਆ ਸਿਪਾਹੀ ਸੀ ਉਹ PAP ਰਾਹੀਂ ਭਰਤੀ ਹੋ ਕੇ ਗਨਮੈਨ ਲੱਗ ਕੇ ਅਤੇ ਉਹਦਾ SHO ਲੱਗ ਜਾਂਦਾ ਸੀ। ਉਹ ਬਿਲਕੁਲ ਆਰਮਡ ਫੋਰਸ ਲਿਆ ਕੇ ਸਾਰੇ ਪੰਜਾਬ 'ਚ ਇਹਨੇ ਫਿੱਟ ਕਰਤੀ, ਇਹ ਸ਼੍ਰੀ ਸੁਖਬੀਰ ਬਾਦਲ ਜੀ ਨੇ, ਅਤੇ ਉਹ ਅਨਫਿੱਟ ਫੋਰਸ ਨੇ ਬੜੀਆਂ ਚਮਤਕਾਰ ਕੀਤੇ। ਫਿਰ ਉਹਨਾਂ ਚਿੱਟੇ ਵੀ ਵੇਚੇ, ਉਹਨਾਂ ਆਪ ਵੀ ਵਿਕਾਏ, ਉਹਨਾਂ ਮਹੀਨੇ ਵੀ ਲਾਏ, ਜਿਹੜੀ ਅਸਲ ਪੰਜਾਬ ਪੁਲਿਸ ਸੀ ਗੈਬ ਕਰਤੀ, ਮਿੱਟੀ 'ਚ ਮਿਲਾ ਦਿੱਤੀ। ਉਹ ਲੋਕ ਕੁਛ ਪੈਨਸ਼ਨਾਂ ਲੈ ਗਏ, ਕੁਛ ਆਊਟ ਹੋ ਗਏ, ਉਹ ਬੜਾ ਤਰੀਕਾ ਇਹਨਾਂ ਨੇ ਉਹਨਾਂ ਦੀ ਤਰੱਕੀ ਦਾ ਕਰਾਇਆ। ਇੱਕ ਹੋਰ ਟਾਈਮ 'ਚ PAP 'ਚ ਸਿਪਾਹੀ ਭਰਤੀ ਹੋਇਆ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਇਆ, ਮੰਨ ਲਓ ਵੀ ਉਸ ਡੇਟ ਦਾ PAP ਵਾਲਾ DSP ਬਣ ਕੇ ਲੱਗਾ ਸੀ ਅਤੇ ਉਹ ਹੌਲਦਾਰ ਸੀਗਾ, ਮਹਿਲ ਸਿੰਘ ਨੇ ਬੜੀ ਵੱਡੀ ਧਾੜ ਭਰਤੀ ਕੀਤੀ ਪੰਜਾਬ ਪੁਲਿਸ ਦੇ ਵਿੱਚ,
ਅੱਜ ਸਿਪਾਹੀ ਭਰਤੀ ਕਰਦਾ ਮਹੀਨੇ ਬਾਅਦ ਉਹਨੂੰ ਹੌਲਦਾਰ ਬਣਾ ਦਿੱਤਾ। 10,000 ਦੀ ਕਿੱਟ ਮਿਲਦੀ ਸੀ ਇੱਕ ਮੈਡੀਸਨ ਦੀ, ਉਹ ਕਿੱਟ ਖਾ ਕੇ ਇਹਨਾਂ ਦੇ ਪੁਲਿਸ ਚੋਂ ਹੀ ਉਹ ਇੰਡੀਆ ਉਂਡੀਆਂ ਚੋਂ ਮੈਡਲ ਲੈ ਆਉਂਦੇ ਤੇ ਉਹਨਾਂ ਚੋਂ ਬਹੁਤ ਮਰ ਗਏ। ਸਾਰਿਆਂ ਨੂੰ 10,000 ਦੀ ਉਹਨਾਂ ਕਿਸੇ ਕੰਪਨੀ ਨਾਲ ਸੈਟਲ ਕੀਤਾ ਕਿ ਦਾਰੂ ਦੂਰੂ ਪੀਣ ਵਾਲਾ ਬੰਦਾ ਸੀ ਮਹਿਲ ਸਿੰਘ ਭੁੱਲਰ, ਤੇ ਉਹ ਕੰਪਨੀ ਨੇ ਗੁੰਮਰਾਹ ਕੀਤਾ ਵੀ ਆ ਜੀ ਉਹ ਸਟੀਰਡ ਦਿਓ ਤੇ ਪਲੇਅਰ ਤੁਹਾਡੇ ਪਰਫਾਰਮੈਂਸ ਦਾਂਗੇ। ਉਹ ਸਾਰੇ ਸਪਾਟੇ 10,000 ਦੀ ਕਿੱਟ ਖਾਂਦੇ ਤੇ ਗਰਾਊਂਡ ਚੋਂ ਥਣਦਰ ਬਣ ਕੇ ਨਿਕਲ ਆਉਂਦੇ ਤੇ ਕਿਸੇ ਦੇ ਗਨਮੈਨ ਲੱਗਦੇ ਤੇ ਅਗਲੇ ਸਾਲ ਉਹ SHO ਲੱਗੇ ਹੁੰਦੇ। ਉਹਨਾਂ ਬੇੜਾ ਗਰਕ ਕਰਤਾ ਪੰਜਾਬ। ਚਿੱਟਾ ਆਇਆ ਕਦੋਂ ਪੰਜਾਬ, ਤੁਸੀਂ ਪੁਲਿਸ ਦੇ ਵਿੱਚ ਵੀ ਰਹੇ ਹੋ, ਕਦੋਂ ਕਿਹੜੇ ਦੌਰ 'ਚ ਆਇਆ? ਮੈਨੂੰ ਪਤਾ 2003 ਤੋਂ ਬਾਅਦ ਜੋ ਇਹਨਾਂ ਦੀ ਸਰਕਾਰ ਬਣੀ ਉਹਦੇ ਨਾਲ ਹੀ ਚਿੱਟਾ ਆਇਆ। 3 'ਚ ਸ਼ਾਇਦ ਬਣੀ ਹੈ ਦੁਬਾਰਾ ਅਕਾਲੀ ਸਰਕਾਰ, 2 'ਚ 3 'ਚ 3 'ਚ ਆ ਗਿਆ ਚਿੱਟਾ ਨਾਲ ਹੀ। ਜਿਹੜਾ ਉਹ ਦੌਰ ਚੱਲਿਆ, ਜਿਹੜੇ ਨੌਜਵਾਨ ਗਲਤ ਰਾਹ ਤੇ ਚੱਲੇ ਨੇ, ਉਹ ਦੌਰ ਕਿਵੇਂ ਸ਼ੁਰੂ ਹੋਇਆ ਤੁਹਾਡੇ ਪੁਲਿਸ 'ਚ? ਉਹਨਾਂ ਲਏ ਤੇ ਇਹਨੇ ਜਬ ਬਦਲਤੀ ਨਾ ਜੀ, ਉੱਥੋਂ ਸ਼ੁਰੂ ਹੋ ਗਿਆ ਇਹਨੇ ਪੰਜਾਬ ਪੁਲਿਸ ਦੇ ਵਿੱਚ। ਕਿਉਂ ਜਿਹੜਾ ਆਪਣੇ ਟਰਨ ਨਾਲ ਬੰਦਾ ਟੈਲੀ 'ਚ ਬਣਿਆ ਉਹ ਬਾਹਰੀ ਨਹੀਂ ਖੋਲੂਗਾ, ਉਹ ਆਪਣਾ ਕੰਮ ਕਰੂਗਾ ਨਾ ਪੈਰੀਆਂ ਥਲਾਊਗਾ। ਇਹਨਾਂ ਵਾਲੇ ਜਿਹੜੇ ਗਨਮੈਨ ਸੀ ਉਹ ਪੈਰੀਆਂ ਥਲਾਉਣ ਹੀ ਗਿੱਝੇ ਸੀ ਸਵੇਰੇ ਉੱਠ ਕੇ। ਉੱਥੋਂ ਇਲਾਕੇ 'ਚ ਨਾਲ ਜਾਂਦੇ ਮੀਟ ਮੱਛੀ ਰਛ ਰੁਛਣ ਛੱਕਦੇ ਬਾਹਰੋਂ ਲੋਕਾਂ ਤੋਂ, ਏਡੇ ਏਡੇ ਉਹਨਾਂ ਨੇ ਬਾੜੀਆਂ ਬਣਾਈਆਂ ਹੁੰਦੀਆਂ ਸੀ ਤੇ ਉਹ SHO ਲਾਤੇ ਜਦੋਂ ਸਿਪਾਹੀ ਲੈਵਲ ਦੇ ਬੰਦੇ ਸੀ, ਉੜਾ ਉੜਾ ਉਹਨਾਂ ਨੂੰ ਆਉਂਦਾ ਨਹੀਂ ਸੀ, ਉਹ ਪੈਰ ਹੀ ਫੜਦੇ ਸੀ MLA ਦੇ। ਜੇ ਤੁਸੀਂ ਕਾਲਾ ਦੌਰ ਪੈਰ ਮੇਰੀ ਸੁਣ ਲਓ, ਕਾਲਾ ਦੌਰ ਨਹੀਂ ਚਿੱਟਾ ਦੌਰ ਤੋਂ ਹਜੇ ਦੌਰਦਾਰ ਕੋਈ ਨਹੀਂ ਹੁੰਦਾ ਨਾ ਚਿੱਟਾ ਦੌਰ ਹੀ ਹੁੰਦਾ। ਉਹ ਪੈਰ ਫੜਦੇ ਜਾਣਦੇ ਸੀ ਲੀਡਰਾਂ ਦੇ, ਜਦੋਂ ਪੈਰ ਉਹ ਫੜਦੇ ਸੀ ਤੇ ਉਹਨਾਂ ਨੂੰ ਪੁਲਿਸ ਡਿਊਟੀ ਦਾ ਪਤਾ ਨਹੀਂ, ਪੈਸੇ ਕਮਾਉਂਦੇ ਸੀ, ਉਹ ਕੰਟਰੋਲ ਨਹੀਂ ਕਰ ਸਕੇ। ਅਸਲ ਪੰਜਾਬ ਪੁਲਿਸ ਹੁੰਦੀ ਤੇ ਕੰਟਰੋਲ ਕਰਦੀ, ਤੇ ਉਦੋਂ ਹੀ ਉਹ ਆ ਗਿਆ ਇਹਨਾਂ ਦੇ ਨਾਲ ਹੀ ਲੈ ਗਿਆ ਇਹਨਾਂ ਦਾ ਗਨਮੈਨ ਪੁਣਾ ਹੀ ਜਿਹੜਾ ਪਲਟ ਕੇ ਪੰਜਾਬ ਨੂੰ ਖਾ ਗਿਆ। ਜਿਹੜਾ ਉਹ ਦੌਰ ਚੱਲਿਆ ਸੀ ਪੰਜਾਬ ਨੇ, ਜਿਹੜਾ ਸੰਤਾਪ ਹੰਡਾਇਆ, ਉਸ ਤੋਂ ਬਾਅਦ ਜਿਹੜਾ ਗੈਂਗਸਟਰ ਕਲਚਰ ਵਾਲਾ ਦੌਰ, ਉਹ ਕਿਵੇਂ ਚੱਲ ਪਿਆ? ਕੋਈ ਪੰਜਾਬ ਦਾ ਦੌਰ ਨਹੀਂ ਸੀ ਚੱਲਿਆ, ਉਹ ਸਿੱਖਾਂ ਦੀ ਨਸਲ ਤੇ ਹਮਲਾ ਸੀ, ਕੋਈ ਦੌਰ ਨਹੀਂ ਚੱਲਿਆ ਪੰਜਾਬ 'ਚ, ਨਾ ਐਂ ਦੌਰ ਹਵਾ 'ਚ ਆ ਗਿਆ। ਸਾਡੇ ਧਾਰਮਿਕ ਸਥਾਨਾਂ ਤੇ ਆਰਮੀ ਲਾ ਕੇ ਉੱਥੇ ਐਕਸ਼ਨ ਕੀਤੇ ਗਏ, ਸਾਡੀਆਂ ਬੀਬੀਆਂ ਜਾਂ ਬੱਚਿਆਂ ਨੂੰ ਕਤਲ ਕੀਤਾ ਗਿਆ, ਸਿੱਖਾਂ ਦੇ ਸਾਰੇ ਗੁਰਦੁਆਰਿਆਂ ਤੇ ਅਟੈਕ ਕੀਤਾ ਗਿਆ। ਕਿਹੜਾ ਦੌਰ ਚੱਲਿਆ? ਕੋਈ ਦੌਰ ਨਹੀਂ, ਸਿੱਖਾਂ ਨੂੰ ਫੜ ਫੜ ਕਤਲ ਕੀਤਾ ਗਿਆ, ਦੌਰ ਨਹੀਂ ਚੱਲਿਆ ਉਹ ਕਿਸਮ ਦਾ ਸਾਡੇ ਤੇ ਕਾਂਗਰਸ ਸਰਕਾਰ ਦਾ ਤੇ ਦੂਜੀਆਂ ਜਿਹੜੀਆਂ ਕਮਿਊਨਿਟੀ ਦਾ ਹਮਲਾ ਸੀ ਸਿੱਖਾਂ ਦਾ। ਤੁਹਾਡਾ ਪੁੱਤ ਖਿਡਾਰੀ ਸੀ, ਉਹ ਕਿਵੇਂ ਕਿਵੇਂ ਪੈਰ ਕਿਵੇਂ ਥਿੜਕ ਗਿਆ? ਬਹੁਤ ਡਿਸਕ ਥਰੋ ਦਾ ਖਿਡਾਰੀ ਸੀ, ਪੈਰ ਕਿਵੇਂ ਥਿੜਕ ਗਿਆ? ਤੇ ਕੋਈ ਸਿਆਸੀ ਲੀਡਰਾਂ ਦਾ ਵੀ ਹੱਥ ਸੀ ਪਿੱਛੇ? ਸੁਣੋ, ਇੱਥੇ ਜਿੰਨੇ ਵੀ ਆ ਉਹਦੇ ਨਾਲ ਵਾਲੇ ਲੋਕ ਹੋਰ ਫਿਰੋਜ਼ਪੁਰ ਦੇ, ਉਹ ਮੇਰੇ ਤੋਂ ਬਿਹਤਰ ਉਹਨੂੰ ਜਾਣਦੇ ਆ, ਤੇ ਉਹ ਵੀ ਇਹ ਸਿਸਟਮ ਦੀ ਸਿਸਟਮ ਇਹਨਾਂ ਜਦੋਂ PAP ਵਾਲਾ ਚੱਲਿਆ ਤੇ ਇਹਨਾਂ ਪੁਲਿਸ ਅਫਸਰ ਗੰਧਲੇ ਹੋ ਗਏ, ਤੇ ਉਹ ਸਿਆਸਤਦਾਨਾਂ ਦੇ ਨਾਂ ਤੇ ਝੂਠੇ ਕੇਸ ਪਾਉਣ ਲੱਗ ਪਏ, ਕੇਸਾਂ ਦਾ ਨਜਾਇਜ਼ ਪੁਲਿਸ ਦੇ ਸਿਰ ਤੇ ਹੀ 5 ਸਾਲ ਰਾਜ ਕਰ ਜਾਂਦੇ ਸੀ। ਤੇ ਉਸੇ ਦੌਰਾਨ ਹੀ ਉਹਦੇ ਨਾਲ ਧੱਕਾ ਹੋਇਆ, ਥੋੜ੍ਹਾ ਇਮੋਸ਼ਨਲ ਸੀ, ਤੇ ਉਹਦੇ 'ਚ ਭੜਕਦਾ ਭੜਕਦਾ ਨਜਾਇਜ਼ ਕੇਸਾਂ 'ਚ ਹੀ ਅੱਗੇ ਤੱਕ ਲੈ ਗਏ ਉਹਨੂੰ ਕਰਕੇ। ਉਹਨੇ ਜਿਵੇਂ ਜੰਮਿਆ ਚਾਹ ਨਹੀਂ ਸੀ ਪੀਤੀ, ਬਾਅਦ 'ਚ ਵੀ ਉਹਦੇ ਬਾਰੇ ਜਾਣਦੇ ਹੀ ਆ, ਪਿੱਛੇ ਜੇ ਇੱਕ SSP ਰੈਂਕ ਦੇ ਜਿਹੜਾ ਉਹਨੂੰ ਕਤਲ ਕਰਨ 'ਚ ਨਾਲ ਸ਼ਾਮਿਲ ਸੀ ਚੌਹਾਨ ਸੀ, ਉਹਦੀ ਆਪਣੀ ਸਟੇਟਮੈਂਟ ਆਈ ਸੀ ਵੀ ਆਮ ਗੈਂਗਸਟਰ ਸ਼ਬਦ ਦੇ ਨਾਲ ਬੜਾ ਰਲ ਗੋਡਾ ਕਰਕੇ ਤੇ ਬੜਾ ਸਾਥ ਆਇਆ ਏਜੰਸੀਆਂ ਨੂੰ ਵੀ ਹਰ ਇੱਕ ਨੂੰ ਗੈਂਗਸਟਰ ਕਹਿ ਦਿਓ, ਸਾਈਕਲ ਚੋਰ ਨੂੰ ਵੀ ਕਹਿ ਦਿਓ, ਜਿਹੜਾ ਗੋਲੀਆਂ ਖਾਣ ਵਾਲਾ ਸਮੇਕੀ ਆ, ਹਰ ਇੱਕ ਨੂੰ ਗੈਂਗਸਟਰ ਕਹਿ ਦਿਓ, ਤਾਂ ਗੱਲ ਵਧੀਆ ਬਣਾਈ।
ਤੇ ਉਹਨੂੰ ਵੀ ਗੈਂਗਸਟਰ ਕਿਹੜਾ, ਉਹਨੇ ਤਖਲਸ ਲਿਖ ਕੇ ਲਾਇਆ ਸੀ ਮੈਂ ਗੈਂਗਸਟਰ ਹਾਂ। ਉਹ ਸਿਰਫ ਆ ਵੀ ਦਲੇਰ ਸੀ, ਸਮਝਦਾਰ ਸੀ, ਘੁੰਮਣ ਦੇ ਅੱਗੇ ਖੜਾ ਹੋ ਗਿਆ, ਇਹਨਾਂ ਫੜ ਕੇ ਮਾਰ। ਉਹਨਾਂ ਕਿਹਾ ਸੀ ਵੀ ਉਹਦੇ ਸ਼ਰਾਬ ਵੀ ਨਹੀਂ ਪੀਂਦੇ, ਬੀਅਰ ਵੀ ਨਹੀਂ ਸੀ ਪੀਂਦੇ, ਹੱਥ ਵੀ ਨਹੀਂ ਸੀ ਲਾਉਂਦੇ ਬੀਅਰ ਨੂੰ। ਉਹਨਾਂ ਤਿੰਨਾਂ ਚੌਂ ਦੇ ਨਾਮ ਹੀ ਲਏ ਸੀ, ਜਿਹਦੇ ਵਿੱਚ ਸੀਗਾ ਡਿੰਪੀ ਚੰਦਭਾਨ, ਰੌਕੀ ਅਤੇ ਜੈਪਾਲ ਭੁੱਲਰ, ਤਿੰਨਾਂ ਦੇ ਉਹਨਾਂ ਨੇ ਨਾਂ ਲਏ ਸੀ। ਸਾਰਿਆਂ ਨੇ ਸੁਣਿਆ ਸੀ ਵੀ ਉਹ ਬਿਲਕੁਲ ਕੋਈ ਨਸ਼ਾ ਨਹੀਂ ਸੀਗਾ। ਮੋਸਟ ਵਾਂਟਡ ਕਿਵੇਂ ਬਣਾ ਦਿੱਤਾ ਗਿਆ ਖਿਡਾਰੀ? ਹੁਣ ਕਿਸ ਤਰ੍ਹਾਂ ਬਣਾਤਾ ਮੈਂ ਸਿਸਟਮ ਦੀ ਗੱਲ ਕਰਦਾ ਨਾ, ਉਤਰੇ ਬਣਾਤਾ ਕਿ ਜਿਸ ਤਰ੍ਹਾਂ ਬਣਾ ਸਿਆਸੀ ਬੰਦੇ ਦੇ ਹੱਥ ਵਿੱਚ, ਕੋਈ ਸਿਆਸੀ ਬੰਦੇ ਦਾ ਹੱਥ ਹੈ ਸੀ ਵਿੱਚ? ਹਾਂਜੀ ਸਿਆਸੀ ਬੰਦੇ ਦਾ ਹੋਊਗਾ, ਲਾਜ਼ਮੀ ਹੋਊਗਾ, 100% ਹੋਊਗਾ, ਉਤਰਾ ਕਿਵੇਂ ਹੋ ਸਕਦਾ? ਹੁਣ ਕਿਵੇਂ ਬਣਾ ਤਾਂ ਗਿਆ ਤੇ ਉਹਨਾਂ ਨੂੰ ਪੁੱਛਣ ਵਾਲੀ ਗੱਲ ਆ, ਜਿੰਨਾ ਬਣਾਇਆ ਤੇ ਜਿੰਨਾ ਫਿਰ ਫੜ ਕੇ ਮਾਰਿਆ, ਹਨਾ। ਮੇਰੀ ਗੱਲ ਸੁਣੋ, ਮੈਂ ਪੁਲਿਸ ਚ ਲੰਮਾ ਟਾਈਮ ਨੌਕਰੀ ਕੀਤੀ, ਇੰਸਪੈਕਟਰ ਰੈਂਕ ਤੱਕ ਰਹੀ, ਕਈ ਥਾਣਿਆਂ ਦਾ ਇੰਚਾਰਜ ਰਿਹਾ, ਚੌਕੀਆਂ ਦਾ ਰਿਹਾ, ਤੇ ਬਿਲਕੁਲ ਆਪਣੀ ਵੱਲੋਂ ਇਨਸਾਫ ਕੀਤਾ, ਡਟ ਕੇ ਖੜ ਕੇ ਰੱਜ ਕੇ। ਮੇਰੇ ਤੇ ਨੌਕਰੀ ਨਾਲ ਕਈ ਕੇਸ ਪਾ ਦਿੱਤੇ ਗਏ, ਸਮਝ ਗਿਆ? ਮੇਰੇ ਤੇ ਕੇਸ ਪਾ ਦਿੱਤੇ, ਡਾਕੇ ਦੇ ਕੇਸ ਮਾਰਤੇ, ਮੇਰਾ ਐਕਸੀਡੈਂਟ ਹੋਇਆ ਸੀ, ਮੇਰੇ ਤੇ ਉਹਨੇ ਡਾਕੇ ਦਾ ਕੇਸ ਪਾ ਦਿੱਤਾ, ਅਤੇ ਮੈਂ ਡਾਕਾ ਮਾਰਿਆ। ਐਂ ਕੇਸ ਪਾਉਣ ਦੇ ਜਿਸ ਤਰ੍ਹਾਂ ਕਲਮ ਤਾਂ ਪੈਨ ਨਾਲ ਲਿਖ ਕੇ ਤੇ ਉਸ ਤਰ੍ਹਾਂ ਕੇਸ ਪੈ ਜਾਂਦੇ, ਹੋਰ ਕਿਸ ਤਰ੍ਹਾਂ ਪੈ ਜਾਂਦੇ। ਜੱਜ ਪੁੱਤ ਜਿਉਂਦਾ ਹੁੰਦਾ ਵਧੀਆ ਖਿਡਾਰੀ ਹੁੰਦਾ ਟੌਪ ਦਾ ਡਿਸਕਰ ਉਹਦਾ? ਉਦੋਂ ਹੀ ਉਹ ਵਧੀਆ ਖਿਡਾਰੀ ਸੀ, ਬਹੁਤ ਤਕੜਾ ਸੀ, ਬਹੁਤ ਜਾਨ ਸੀ ਉਹ 'ਚ, ਖਿਡਾਰੀ ਨੂੰ ਛੱਡ ਕੇ ਇੱਕ ਇਨਸਾਨ ਬਹੁਤ ਚੰਗਾ ਸੀ। ਹਾਂ, ਉਹ ਦੂਜਿਆਂ ਨੌਜਵਾਨਾਂ ਨੂੰ ਵੀ ਉਹ, ਜਦੋਂ ਉਹਨਾਂ ਨੂੰ ਇੱਧਰ ਧਕੇਲ ਦਿੱਤਾ ਗਿਆ, ਕਈਆਂ ਨੂੰ ਉਹਨੇ ਪੇਸ਼ ਕਰਾਇਆ ਭਗੌੜਿਆਂ ਨੂੰ ਵੀ ਜਾ ਤੂੰ ਆਪਣੀ ਲਾਈਫ ਖਰਾਬ ਨਾ ਕਰ, ਕਈਆਂ ਨੂੰ ਮਨੇ ਕੀਤਾ ਇੱਧਰ ਆਉਣ ਤੋਂ, ਕੋਈ ਉਹਨੇ ਆਪਣੀ ਟੀਮ ਨਹੀਂ ਬਣਾਈ, ਕੋਈ ਗੈਂਗ ਨਹੀਂ ਬਣਾਇਆ ਵੀ ਮੈਂ ਵੱਡਾ ਇਕੱਠਾ ਕਰਕੇ ਅਤੇ ਉਹ ਕਰਾਂ, ਹਰ ਇੱਕ ਨੂੰ ਰੋਕਿਆ ਉਹਨੂੰ, ਪੇਸ਼ ਕਰਾਇਆ ਆਪ ਕਈਆਂ ਅਫਸਰਾਂ ਨੂੰ ਮਿਲ ਕੇ, ਕਿਸੇ ਢੰਗ ਨਾਲ ਬੰਦੇ ਕਿਸੇ ਨੂੰ ਕਹਿ ਕੇ ਪੇਸ਼ ਕਰਾਉਂਦਾ ਰਿਹਾ ਭਗੌੜਿਆਂ ਨੂੰ। ਜਿਹੜੇ ਨੌਜਵਾਨ ਨੇ ਅੱਜ ਇਸ ਉਸ ਕਲਚਰ 'ਤੇ ਚੱਲ ਰਹੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ, ਕਿਉਂਕਿ ਤੁਹਾਡਾ ਘਰ ਤਾਂ? ਮੈਂ ਤਾਂ ਵਾਰ ਵਾਰ ਹੀ ਸੁਨੇਹਾ ਇੱਥੇ ਦਿੰਦਾ ਰਿਹਾ, ਖੁਦ ਇਹ ਵੀਰ ਮੇਰਾ ਆਉਂਦਾ ਰਿਹਾ ਮੇਰੇ ਕੋਲ ਇੰਟਰਵਿਊ ਕਰਨ, ਅਤੇ ਸ਼ਾਇਦ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਮੈਨੂੰ ਨਹੀਂ ਜਾਣਦੇ, ਸਾਰੇ ਜਾਣਦੇ ਆ। ਮੈਂ ਵਾਰ ਵਾਰ ਬੇਨਤੀਆਂ ਕੀਤੀਆਂ ਉਹਨੇ ਕਿ ਬਿਲਕੁਲ ਆਪਣੇ ਮਾਂ ਪਿਓ ਦੇ ਆਖੇ ਲੱਗੋ, ਕੋਈ ਗਲਤ ਕੰਮ ਨਾ ਕਰੋ। ਕੁਛ ਸਮਗਲਰ ਘਰਾਂ ਦੇ ਜਿਹੜੇ ਖਾਨਦਾਨੀ ਲੋਕ ਕ੍ਰਿਮੀਨਲ ਹੁੰਦੇ ਆ, ਉਹਨਾਂ ਨੂੰ ਵੀ ਗੈਂਗਸਟਰ ਕਹਿ ਦਿੱਤਾ ਗਿਆ, ਸਮਗਲਰਾਂ ਨੂੰ ਇਹਨਾਂ ਬੁੱਕਲ 'ਚ ਲੈ ਦਿੱਤਾ ਗੈਂਗਸਟਰ ਕਹਿ ਕੇ, ਮਗਰ ਇਹਨਾਂ ਦੀਆਂ ਕੋਠੀਆਂ 'ਚ ਰਹਿ ਗਏ ਗੈਂਗਸਟਰ, ਜਿਹੜੇ ਨਹੀਂ ਸੀ ਇਹਨਾਂ ਨੂੰ ਵੀ ਨਮੂਨਾ ਦਿੰਦੇ ਜਾਂ ਕਰਦੇ, ਉਹ ਇਹਨਾਂ ਸਭ ਕੁਛ ਬਣਾਤੇ। ਬਹੁਤ ਸਾਰੇ ਸਮਗਲਰ ਇਹੋ ਜਿਹੇ ਆ ਜਿਹੜੇ ਇਹਨਾਂ ਪੁਲਿਸ ਵਾਲਿਆਂ ਦੀਆਂ ਸਿੱਧੀ ਡਾਇਰੈਕਟ ਕੋਠੀਆਂ 'ਚ ਇਹਨਾਂ ਨੂੰ ਮਹੀਨਾ ਦਿੰਦੇ ਆ, ਇਹਨਾਂ ਨਾਲ ਦਾਰੂ ਪੀਂਦੇ ਆ, ਰਿਮਾਂਡ ਵੀ ਉਹ ਇਸ ਤਰ੍ਹਾਂ ਹੀ ਕੱਟਦੇ ਆ, ਇਹਨਾਂ ਦੇ ਏਸੀ ਕੁਆਟਰਾਂ 'ਚ ਕੱਟਦੇ ਆ, ਇਹ ਕਰਕੇ ਬਹੁਤ ਕੁਛ ਹੁੰਦਾ। ਜਿਹੜੇ ਹਜੇ ਇੱਕ ਸਵਾਲ ਨਾ ਇਹਨਾਂ ਦੇ ਸਾਰਿਆਂ ਦੇ, ਮੈਂ ਦੱਸਣ ਲੱਗਾ ਮੈਨੂੰ ਕਈ ਘੰਟੇ ਟਾਈਮ ਚਾਹੀਦਾ, ਸ਼ਾਇਦ ਤੁਸੀਂ ਮੁੱਦੇ ਤੋਂ ਭੜਕ ਗਏ। ਨਹੀਂ ਨਹੀਂ, ਜਿਹੜੇ ਤੁਹਾਡਾ ਏਜੰਡਾ ਰਹੇਗਾ ਜਿਹੜੇ ਨੌਜਵਾਨ ਨੇ ਕਿ ਉਹਨਾਂ ਨੂੰ ਮੁੱਖ ਧਾਰਾ 'ਚ ਆਪਾਂ ਮੋੜ ਲਈਏ, ਹਜੇ ਵੀ ਜਿਹੜੇ ਏ ਬੀ ਸੀ ਕੈਟਾਗਰੀ ਇਹਨਾਂ ਨੇ ਬਣਾਈਆਂ ਹੋਈਆਂ ਨੇ? ਦੇਖੋ ਜੀ, ਮੁੱਖ ਏਜੰਡਾ ਹੀ ਅਸੀਂ ਰੋਜ਼ ਹੀ, ਮੈਂ ਤਾਂ ਅਪੀਲਾਂ ਕਈ ਵਾਰ ਤੁਸੀਂ ਸੁਣੀਆਂ ਹੀ ਹੋਣਗੀਆਂ ਮੀਡੀਆ 'ਚ ਮੇਰੀਆਂ, ਵੀ ਆਪਣੇ ਮਾਂ ਪਿਓ ਦੇ ਆਖੇ ਲੱਗੋ, ਅਤੇ ਕੋਈ ਵੀ ਤੁਸੀਂ ਇਹੋ ਜਿਹਾ ਕੰਮ ਹੀ ਨਾ ਕਰੋ ਪੁਲਿਸ ਤੁਹਾਡੇ ਬਰੂਆਂ 'ਤੇ ਆਏ, ਬਿਲਕੁਲ ਨਾ। ਹੋਰ ਕਿਹੜੇ ਕਿਹੜੇ ਏਜੰਡੇ ਰਹਿਣਗੇ? ਚਲੋ ਇਹ ਤਾਂ ਛੱਡੋ, ਮੈਂ ਤੁਹਾਨੂੰ ਵਪਾਰ ਦਾ ਛੱਡ ਛੱਡ ਕੇ ਤੁਸੀਂ ਮੇਨ ਇੱਥੇ ਹੀ ਲਏ, ਮੈਂ ਤੁਹਾਨੂੰ ਕਿਹਾ ਵੀ ਵਪਾਰ ਕਿਹੜੇ ਰਹਿਣਗੇ? ਵਪਾਰ ਹੋ ਗਿਆ, ਨਸ਼ੇ, ਡਰੱਗ, ਵਪਾਰ, ਡਰੱਗ ਹੈ ਪੂਰੇ ਇਲਾਕੇ 'ਚ ਜੀ, ਡਰੱਗ ਹੈਗਾ ਹੁਣ ਵਿਕਦਾ? ਕੀ ਤੁਹਾਡਾ ਕੀ ਖਿਆਲ? ਮੈਂ ਕਿਹਾ ਤੁਸੀਂ ਦੱਸੋ ਤੁਹਾਡਾ ਕੀ ਖਿਆਲ, ਤੁਸੀਂ ਰਹਿੰਦੇ ਹੋ ਇਲਾਕੇ ਦੇ ਵਿੱਚ ਨਾ, ਮੈਂ ਤਾਂ ਹੁਣ ਤੁਹਾਡੇ ਲਈ ਪੁੱਛਣ ਆਇਆ। ਲਵੇ ਪੁੱਛਣੇ ਤੁਹਾਨੂੰ ਵੀ ਪਤਾ ਹੈਗੀ, ਮੈਨੂੰ ਪਤਾ ਹੈਗੀ,
ਕਾਬਲੀਅਤ ਪੁਲਿਸ ਦੀ ਹੁੰਦੀ ਹੈ ਓਨੀ ਕੁ ਹੋ ਰਹੀ ਹੈ। ਪੁਲਿਸ ਚ ਕਾਬਲੀਅਤ ਦਾ ਜਿਹੜਾ ਮੇਨ ਤੁਹਾਨੂੰ ਮੈਂ ਮੁੱਦਾ ਉਠਾਇਆ ਉੱਥੇ ਹੀ ਖਤਮ ਹੋ ਜਾਣਾ ਸੀ। ਉਹ ਇੱਕ ਉਹੀ ਕਾਰਨ ਸੀ ਵੀ ਇਹਨਾਂ ਪੁਲਿਸ ਚ ਐਸੀ ਚੇਂਜਿੰਗ ਕੀਤੀ ਤੇ ਪੁਲਿਸ ਜਿਹੜੀ ਹੈ ਬਿਲਕੁਲ ਖਾਲੀ ਹੋ ਗਈ। ਗੋਡਿਆਂ ਨੂੰ ਲਾਉਣ ਲੱਗੇ ਜਿਹੜੇ ਇੰਚਾਰਜ ਲਾ ਦਿੱਤੇ ਗਏ, ਦੂਜੇ ਸੜਕਾਂ ਦੇ ਕਾਬਲ ਬੰਦੇ ਖਿਲਾਰ ਦਿੱਤੇ ਗਏ ਉਹਨਾਂ ਤੋਂ ਜਿਹੜੇ ਸੀਨੀਅਰ ਸਨ ਉਹ ਧੁੱਪੇ ਰੋਡਾਂ ਤੇ ਇਹਨਾਂ ਦੀ ਰਾਖੀ ਕਰਦੇ 5 ਸਾਲ। ਕਾਬਲ ਬੰਦਿਆਂ ਨੂੰ ਇੰਚਾਰਜ ਲਾਇਆ ਨਹੀਂ ਗਿਆ ਕਿ ਉਹ ਕਰਪਸ਼ਨ ਨਹੀਂ ਕਰਦੇ, ਮਹੀਨਾ ਨਹੀਂ ਦੇ ਸਕਦੇ, ਇਹਨਾਂ ਦਾ ਭਰ ਨਹੀਂ ਸਕਦੇ ਤੇ ਨਾ ਅਫਸਰਾਂ ਦਾ ਢਿੱਡ ਭਰਦਾ। ਇਹਨਾਂ ਦੀਆਂ ਵੀ ਕੋਠੀਆਂ 'ਚ ਹਰ ਸਮਾਨ ਚਾਹੀਦਾ, ਹਰ ਕੋਈ ਪੈਸਾ ਵੀ ਨਕਦੇ ਇਹਨਾਂ ਨੂੰ ਚਾਹੀਦਾ ਹਰ ਮਹੀਨੇ, ਸਿੱਧੇ ਮਹੀਨੇ ਲਾਉਣ ਲੱਗ ਪਏ ਐਸ ਐਸ ਪੀ ਇਹਨਾਂ 'ਚੋਂ। ਇਹਦੇ ਮੇਨ ਮੁੱਦੇ ਸਨ ਜਿੱਥੋਂ ਇਹ ਹੋਇਆ। ਹੋਰ ਵੀ ਤੁਹਾਡੇ ਨਾਲ ਜਿਹੜੇ ਇਸ ਦੌਰ ਦੀ ਜਾਂ ਇਸ ਤਰੀਕੇ ਦੀ ਭੇਟ ਚੜ੍ਹ ਗਏ ਨੇ ਪਰਿਵਾਰ, ਹੋਰ ਵੀ ਤੁਹਾਡੇ ਨਾਲ ਹੈਗੇ ਨੇ ਜਿਹੜੇ ਵੀ ਸਿਸਟਮ ਦੇ ਖਿਲਾਫ਼ ਆਪਾਂ ਜੰਗ ਲੜਨੀ ਹੈ, ਇਕੱਠੇ ਮਿਲ ਕੇ ਆਓ, ਆਵਾਜ਼ ਦੇ ਰਹੇ ਹੋ ਉਹਨਾਂ ਪਰਿਵਾਰਾਂ ਨੂੰ ਵੀ? ਪਹਿਲਾਂ ਗੱਲ ਵੀ ਹੋਰ ਵੀ ਹੈਗੇ ਨੇ, ਵੱਖਰੇ ਵੱਖਰੇ ਦੋ ਸਵਾਲ ਨੇ, ਹੋਣਗੇ ਬਥੇਰੇ ਨੇ, ਰੋਜ਼ ਮਰਦੇ ਨੇ ਤੇ ਉਹ ਸਾਰੀ ਜੰਗ ਹੀ ਆ, ਉਹ ਕੀ ਆ, ਕਾਹਦੀ ਜੰਗ ਆ, ਸਵਾਹ ਦੀ? ਸਿਸਟਮ ਲੋਕਾਂ ਦੇ ਬੱਚੇ ਮਰ ਰਹੇ ਆ, ਨਸਲ ਕੁਛ ਹੀ ਹੋ ਰਹੀ ਹੈ ਪੰਜਾਬ 'ਚ, ਜੰਗ ਕਾਹਦੀ ਹੈ? ਦੌਰ ਬਦਲ ਗਿਆ ਨਹੀਂ, ਉਹ ਜਿਹੜਾ ਪਹਿਲਾਂ ਸੀ ਉਹ ਸਮੇਂ ਦੇ ਵਿੱਚ ਦੌਰ ਸ਼ਬਦ ਇੱਕ ਉਦਾਂ ਗੈਂਗਸਟਰਾਂ ਨੋਟ ਕਰ ਲਿਆ, ਕੋਈ ਦੌਰ ਨਹੀਂ ਹੁੰਦਾ ਜਦੋਂ ਸਹੀ ਸਰਕਾਰ ਬਣਦੀ ਹੈ, ਸਹੀ ਕਾਰਵਾਈ ਹੁੰਦੀ ਹੈ, ਸਹੀ ਕੰਮ ਹੋ ਜਾਂਦਾ। ਕੋਈ ਦੌਰ ਪਲੈਨਿੰਗ ਜਾਂ ਇਹੋ ਜਿਹੀ ਕੋਈ ਨਹਿਰ ਥੋੜ੍ਹੀ ਦੌਰ ਦੀ ਆਉਂਦੀ ਹੈ ਵੀ ਦੌਰ ਹੁਣ ਛੱਡਤਾ ਅਤੇ ਹੁਣ ਬੰਦ ਹੋ ਗਿਆ। ਹਾਂਜੀ, ਇਲਾਕੇ ਦੇ ਵਿੱਚ ਕਹਿੰਦੇ ਕੋਈ ਯੂਨੀਵਰਸਿਟੀ ਵੀ ਨਹੀਂ ਹੈ, ਕੋਈ ਸਪੋਰਟਸ ਯੂਨੀਵਰਸਿਟੀ ਨਹੀਂ ਹੈ, ਉਹ ਮੁੱਦਾ ਚੁੱਕੋਗੇ? ਸਭ ਕੁਛ ਹੀ ਮੁੱਦਾ ਨਹੀਂ ਚੁੱਕਾਂਗੇ ਅਸੀਂ। ਸਾਡਾ ਮੇਨ ਜਿਹੜਾ ਵੀਰ ਹੈਗਾ ਵਾ ਉਹ ਆ ਵਪਾਰ ਲਈ ਬਾਰਡਰ ਖੁੱਲ੍ਹਣਾ ਮੁੱਖੇ ਮੁੱਦਾ ਰਹੇ। ਪੰਜਾਬ 'ਚੋਂ ਨਸ਼ਿਆਂ ਦੇ ਅਡਲਟ ਜਿਹੜੇ ਆ ਉਹਨਾਂ ਨੂੰ ਹਸਪਤਾਲ ਰਾਹੀਂ ਠੀਕ ਕਰਨਾ, ਪੰਜਾਬ ਦੇ ਚੰਗੇ ਅਫਸਰਾਂ ਨੂੰ ਅੱਗੇ ਲਾ ਕੇ ਅਤੇ ਨਸ਼ੇ ਦੇ ਸਮਗਲਰਾਂ 'ਤੇ ਕੰਟਰੋਲ ਕਰਨਾ, ਇਹ ਬਿਲਕੁਲ ਵੱਡੇ ਛੱਡ ਕੇ ਸਾਰੇ ਬਾਕੀ ਵੀ ਨਾਲ ਹੀ ਚੱਲਣਗੇ। ਕੋਈ ਇਹ ਨਹੀਂ ਵੀ ਇੱਕ ਕਰਾਂਗੇ ਤਾਂ ਦੂਜਾ ਬੰਦ ਕਰ ਦਿਆਂਗੇ, ਬਾਕੀ ਸਾਰੇ ਚੰਗੇ ਕੰਮ ਚੱਲੂਗੇ, ਕਰਪਸ਼ਨ ਨਹੀਂ ਹੋਏਗੀ। ਜਦੋਂ ਸਾਡੇ 'ਚ ਕਰਪਸ਼ਨ ਨਹੀਂ ਹੋਏਗੀ, ਸਾਡਾ ਲੀਡਰ ਪਾਕ ਸਾਫ ਆ, ਹਾਂਜੀ, ਉਦੋਂ ਉੱਥੇ ਸਾਰੇ ਕੰਮ ਹੀ ਠੀਕ ਹੋਣਗੇ। ਜਦੋਂ ਕਰਪਸ਼ਨ ਹੁੰਦੀ ਹੈ ਉਦੋਂ ਸਭ ਕੁਛ ਹੀ। ਜਦੋਂ ਜਾਂਚ ਇਸ ਤਰ੍ਹਾਂ ਦੀ ਚੱਲੀ ਆ, ਜੇਕਰ ਚੱਲਦੀ ਆ ਫਿਰ ਉਹ ਪੈੜਾਂ ਜਾਣਗੀਆਂ ਸਿਆਸੀ ਲੀਡਰਾਂ ਦੇ ਘਰਾਂ ਤੱਕ ਵੀ? ਤੁਹਾਡੀ ਸਰਕਾਰ ਬਣ ਲੈਣ ਦਿਓ, ਜੇ ਇਹੋ ਜਿਹੀ ਗੱਲ ਹੋ ਗਈ ਤੇ ਜਾਣਗੀਆਂ ਆਪੇ ਜੋ ਘਰ 'ਚ ਪੈੜਾਂ ਨਹੀਂ। ਮੇਰੀ ਗੱਲ ਸੁਣ ਲਓ, ਧੱਕੇ ਨਾ ਕਿ ਘਰ ਲਈ ਪੈੜਾਂ ਜਾਂ ਨਹਿਰ ਨਹੀਂ ਪੁੱਟਾਂਗੇ ਵੀ ਉਹਦੇ ਘਰ ਨੂੰ ਪਾਣੀ ਛੱਡ ਦਿਆਂਗੇ। ਜੇ ਪੁਲਿਸ ਅਫਸਰਾਂ ਨੂੰ ਲੱਗੂਗੀ ਜਾਂ ਜਿਵੇਂ ਜਿਵੇਂ ਹੋਊ ਤੇ ਉਹ ਕਾਰਵਾਈ ਕਰਾਂਗੇ, ਜਦੋਂ ਉਹਨਾਂ ਨੂੰ ਇੰਡੀਪੈਂਡੈਂਟ ਕਰ ਦਿਆਂਗੇ, ਆਪਣੀਆਂ ਬਾਰੀਆਂ ਖੋਲਣੋਂ ਹਟਾ ਦਿਆਂਗੇ। ਪਰ ਬਹੁਤ ਲੋਕਾਂ ਦੀ ਇਹ ਰਾਏ ਹੁੰਦੀ ਆ, ਬਹੁਤ ਜ਼ਿਆਦਾ ਇਹੀ ਆ ਪੰਜਾਬ ਦੇ ਵਿੱਚ ਵੀ ਜਿਹੜੇ ਨੌਜਵਾਨ ਇਸ ਤਰ੍ਹਾਂ ਰਾਹ ਤੇ ਤੁਰੇ ਉਹਨਾਂ ਪਿੱਛੇ ਸਿਆਸੀ ਹੱਥ ਇਹ 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 ਮੰਨਿਆ ਜਾਂਦਾ ਹੋਊਗਾ, ਮੰਨ ਲਓ ਹੋਊਗਾ। ਤੁਸੀਂ ਮੰਨਦੇ ਹੋਊਗਾ? ਮੈਂ ਤਾਂ ਮੈਂ ਕਹਿ ਦਿੱਤਾ ਹੋਊਗਾ ਤੇ ਲੋਕ ਮੰਨਦੇ ਰਹੂਗਾ। ਬਹੁਤ ਬਹੁਤ ਧੰਨਵਾਦ ਜੀ। ਭੁਪਿੰਦਰ ਸਿੰਘ ਭੁੱਲਰ ਜੋ ਕਿ ਇਸ ਸਮੇਂ ਚੋਣ ਮੈਦਾਨ ਦੇ ਵਿੱਚ ਨੇ, ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ, ਤਾਂ ਇਹਨਾਂ ਨੇ ਮੁੱਖ ਏਜੰਡਾ ਦੱਸਿਆ ਕਿ ਅਸੀਂ ਇਸ ਬਾਰਡਰ ਦੇ ਰਾਹੀਂ ਵਪਾਰ ਦਾ ਰਸਤਾ ਖੋਲ੍ਹਾਂਗੇ, ਉਸ ਵਪਾਰ ਦੇ ਰਾਹੀਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵਿੱਚ ਇੱਕ ਭ੍ਰਿਸ਼ਟਾਚਾਰ ਫੈਲਿਆ ਹੋਇਆ, ਕਿਸ ਤਰ੍ਹਾਂ ਪੁਲਿਸ ਦੇ ਵਿੱਚ ਨਿਘਾਰ ਆਇਆ, ਉਹ ਸਿਸਟਮ ਦੇ ਬਾਰੇ ਵੀ ਦੱਸੀ ਹੈ, ਕਿਉਂਕਿ ਇਹ ਇੰਸਪੈਕਟਰ ਰਹੇ ਨੇ, ਸਾਰੀਆਂ ਬਰੀਕੀਆਂ ਕਾਨੂੰਨੀ ਦਾਅ ਪੇਚ ਸਾਰੇ ਬਰੀਕੀ ਦੇ ਨਾਲ ਜਾਣਦੇ ਨੇ।
ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਫਿਰੋਜ਼ਪੁਰ।